ਮੈਂ ਸ਼ੁਰੂਆਤ ਬਲੀ ਜੀ ਤੁਹਾਡੇ ਤੋਂ ਕਰਦਾ। ਦੇਖੋ ਮੈਂ ਸ਼ੁਰੂਆਤ ਦੇ ਵਿੱਚ ਇੱਕ ਲਾਈਨ ਕਹੀ ਕਿ ਗੱਲ ਅਸੀਂ ਸਫ਼ਰ ਦੀ ਕਰਾਂਗੇ। ਆਮ ਤੌਰ 'ਤੇ ਪੋਲੀਟੀਕਲ ਆਗੂਆਂ ਦਾ ਸਫ਼ਰ ਸ਼ੁਰੂ ਹੁੰਦਾ ਕਿ ਨਹੀਂ ਨਹੀਂ ਜੀ ਸਾਨੂੰ ਕੁਝ ਨਹੀਂ ਚਾਹੀਦਾ, ਫਿਰ ਉਹ ਗੱਲ ਪਹੁੰਚ ਜਾਂਦੀ ਹੈ ਕਿ ਨਹੀਂ ਨਹੀਂ ਜੀ ਸਾਨੂੰ ਟਿਕਟ ਦਿੱਤੀ ਨਹੀਂ। ਹੁਣ ਇਹ ਕਿਵੇਂ ਸਮਝਿਆ ਜਾਵੇ ਇਸ ਨੂੰ ਕਿ ਵਾਕਈ ਹੀ ਇਹਨਾਂ ਦਾ ਦਰਦ ਜਿਹੜਾ ਪੋਲੀਟੀਕਲ ਆਗੂਆਂ ਦਾ ਹੈ ਉਹ ਜਾਇਜ਼ ਹੈ ਜਾਂ ਇਸ ਦੇ ਪਿੱਛੇ ਦੀ ਕਹਾਣੀ ਕੁਝ ਵੱਖਰੀ ਹੈ। ਮੈਂ ਜਾਇਜ਼ ਇਸ ਕਰਕੇ ਕਹਿ ਰਿਹਾ ਕਿਉਂਕਿ ਬਹੁਤ ਦੇਰ ਕਈ ਸਾਲਾਂ ਦੀ ਉਹਨਾਂ ਦੀ ਵੀ ਮਿਹਨਤ ਹੁੰਦੀ ਹੈ, ਉਹ ਉਮੀਦ ਕਰਦੇ ਰਹਿੰਦੇ ਨੇ ਕਿ ਚਲੋ ਇਸ ਵਾਰ ਨਹੀਂ ਤਾਂ ਅਗਲੀ ਵਿਧਾਨ ਸਭਾ, ਚਲੋ ਵਿਧਾਨ ਸਭਾ 'ਚ ਨਹੀਂ ਤਾਂ ਫਿਰ ਲੋਕ ਸਭਾ, ਚਲੋ ਇਸ ਵਾਰ ਨਹੀਂ ਤਾਂ ਫਿਰ ਅਗਲੀ ਵਾਰ ਸਹੀ। ਤਾਂ ਕਿਵੇਂ ਇਸ ਪੂਰੀ ਕਹਾਣੀ ਨੂੰ ਸਮਝਿਆ ਜਾਵੇ ਕਿ ਹੁਣ ਜਿਹੜਾ ਦਰਦ ਹੈ ਉਹ ਵਾਕਈ ਹੀ ਉਸਦੇ ਪਿੱਛੇ ਕੋਈ ਜ਼ਖਮ ਹੈ ਵੀ ਕਿ ਨਹੀਂ? ਦੇਖੋ ਸਾਡੀ ਜਿਹੜੀ ਜਿਹੜੀ ਸਿਆਸਤ ਹੋ ਗਈ ਹੈ ਇਸ ਵੇਲੇ ਦੀ, ਖਾਸ ਕਰਕੇ ਜਿਹੜੀ ਪਾਰਲੀਮਾਨੀ ਸਿਆਸਤ ਹੈ ਜੀ, ਉਹਦੀ ਉਹਦਾ ਉਹਦੇ 'ਚ ਜਿਹੜਾ ਗਿਰਾਵਟ ਇੰਨੀ ਆ ਗਈ ਹੈ ਉਹਦੇ ਵਿੱਚ, ਇਹ ਨਾ ਤਾਂ ਆਈਡੀਆਲੋਜੀ ਬੇਸ ਬਣ ਰਹੀ ਹੈ ਹੁਣ ਕੋਈ, ਨਾ ਕੋਈ ਕਮਿਟਮੈਂਟ, ਨਾ ਵਿਚਾਰਧਾਰਾ, ਤੇ ਨਾ ਹੀ ਜਿਹੜਾ ਕੌਜ਼ ਜਿਹੜਾ ਕਿ ਇੰਡੀਵਿਜੁਅਲ ਜਾਂ ਪਾਰਟੀਆਂ ਲੈ ਕੇ ਚੱਲਦੀਆਂ ਸੀ ਕਿ ਅਸੀਂ ਆਹ ਸਾਡਾ ਆਦਰਸ਼ ਹੈ, ਆਹ ਆਈਡੀਅਲਸ ਨੇ, ਆਹ ਵਿਚਾਰ ਨੇ, ਆਹ ਸਿਧਾਂਤ ਨੇ ਜੀ, ਉਹ ਤਾਂ ਹੁਣ ਰਹਿ ਗਏ ਪਿੱਛੇ। ਜਿਹੜੀ ਵਿਅਕਤੀਗਤ ਆਪਣੀ ਕਨਵੀਨੀਅੰਸ, ਆਪਣਾ ਲਾਭ ਤੇ ਆਪਣੀ ਜਿਹੜੀ ਹੈ ਜਿਹੜੀ ਪੋਜੀਸ਼ਨ ਜੀ, ਉਹ ਹਰ ਇੱਕ ਦਾ ਜਿਹੜਾ ਨਿੱਜ ਹੈ ਉਹ ਇੰਨਾ ਹਾਵੀ ਹੋ ਗਿਆ। ਮਤਲਬ ਇਹ ਇਹ ਕੋਈ ਤਾਂ ਹੀ ਤਾਂ ਆਪਾਂ ਨੂੰ ਸਾਰੀਆਂ ਪਾਰਟੀਆਂ 'ਚ ਦਿਸ ਰਿਹਾ ਨਾ ਇਹ ਫਨੋਮਨਾ, ਕੱਲੀ ਇੱਕ ਪਾਰਟੀ 'ਚ ਨਹੀਂ ਦਿਸ ਰਿਹਾ, ਇਹ ਸਾਰੀਆਂ 'ਚ ਦਿਸ ਰਿਹਾ ਕਿ ਸਾਡਾ ਕਲਚਰ ਜਿਹੜਾ ਉਹ ਸਿਆਸੀ ਸੱਭਿਆਚਾਰ ਹੈ ਜੀ ਵੀ ਇੰਨਾ ਵਿਗੜ ਗਿਆ ਕਿ ਹਰ ਇੱਕ ਕਹਿੰਦਾ ਵੀ ਮੈਂ ਜੇ ਮੈਨੂੰ ਟਿਕਟ ਮਿਲ ਗਈ ਤਾਂ ਠੀਕ ਹੈ, ਜੇ ਮੈਨੂੰ ਨਹੀਂ ਮਿਲੀ ਤਾਂ ਖੂਹ 'ਚ ਜਾਵੇ ਪਾਰਟੀ ਦੇ, ਖੂਹ 'ਚ ਜਾਵੇ ਹੋਰ ਕੋਈ ਉਹਦਾ ਅਦਾਰਾ, ਵੀ ਮੈਨੂੰ ਟਿਕਟ ਮਿਲਣੀ ਚਾਹੀਦੀ ਤੇ ਮੇਰਾ ਨਿੱਜ ਹੋਣਾ ਚਾਹੀਦਾ। ਮਤਲਬ ਉਹ ਇੰਨਾ ਹਾਵੀ ਹੋ ਗਿਆ। ਦੇਖੋ ਪਾਰਟੀਆਂ ਦੇ ਵਿੱਚ ਬਹੁਤ ਸਾਲ ਪਹਿਲਾਂ ਦੇ ਇਸ ਦੀ ਟੀਮ ਸਪਿਰਿਟ ਹੁੰਦੀ ਹੈ, ਟੀਮ ਦੇ ਕੇ ਪਾਰਟੀ ਨੇ ਜੋ ਫੈਸਲਾ ਕਰਤਾ ਹਾਈਕਮਾਂਡ ਨੇ, ਕਹਿਣ ਨੂੰ ਤਾਂ ਹੁਣ ਵੀ ਕਹਿੰਦੇ ਆ ਕਿ ਜੋ ਹਾਈਕਮਾਂਡ ਨੇ ਕਰਤਾ ਠੀਕ ਹੈ, ਪਰ ਜਦੋਂ ਵੀ ਆਪਣਾ ਜਿਹੜਾ ਉਹਨਾਂ ਨੂੰ ਕਿਸੇ ਨੂੰ ਇਗਨੋਰ ਕੀਤਾ ਜਾਂਦਾ ਜਾਂ ਕਿਸੇ ਨੂੰ ਨਜ਼ਰ ਕੀਤਾ ਜਾਂਦਾ ਤੇ ਫਿਰ ਉਹ ਉੱਥੇ ਉੱਥੇ ਉਹ ਉਸੇ ਵੇਲੇ ਉਹਦਾ ਪਲਟ ਜਾਂਦਾ ਬੰਦਾ। ਸਾਰੇ ਜਿਹੜੇ ਜਿੰਨੇ ਆ ਹੁਣ ਇੱਕ ਦੇਖੋ ਬੀਜੇਪੀ 'ਚ ਵੀ ਆ, ਕਾਂਗਰਸ 'ਚ ਵੀ ਬੋਲ ਰਹੇ, ਅਕਾਲੀਆਂ 'ਚ ਵੀ, ਸਾਰਿਆਂ 'ਚ ਹੀ ਹੈ, ਕਿਸੇ ਪਾਰਟੀ 'ਚ ਨਹੀਂ ਹੈ। ਸੋ ਇਹ ਜਿਹੜਾ ਫਿਨੋਮਨਾ ਹੈ, ਵਰਤਾਰਾ ਹੈ ਜਿਹੜਾ, ਉਹ ਸਾਡੀ ਸਿਆਸੀ ਜਿਹੜੀ ਸੱਭਿਆਚਾਰ ਜਿਹੜਾ ਖਾਸ ਕਰਕੇ ਪਾਰਲੀਮੈਂਟਰੀ ਵੋਟ ਪੋਲੀਟਿਕਸ ਹੋ ਗਈ ਉਹਦੇ 'ਚ ਜਿਹੜੀ ਗਿਰਾਵਟ ਆਈ ਹੈ ਉਹਦੇ 'ਚ ਨਿੱਜ ਪਹਿਲੂ ਹੋ ਗਿਆ ਕਿ ਮੇਰਾ ਮਤਲਬ ਸੌਰਦਾ ਜਾਂ ਮੈਨੂੰ ਟਿਕਟ ਦਿੱਤੀ ਜਾਂ ਮੈਨੂੰ ਕੁਰਸੀ ਮਿਲਦੀ ਹੈ ਕਿ ਨਹੀਂ। ਦੇਖੋ ਨਾ ਹਰ ਇੱਕ ਸਾਰਾ ਕੁਛ ਜੀ ਆਪਣੀ ਕੁਰਸੀ ਦੁਆਲੇ ਘੁੰਮਣ ਲੱਗ ਗਿਆ ਜਾਂ ਸੀਟ ਦੁਆਲੇ ਤੇ ਅਹੁਦੇ ਦੁਆਲੇ ਘੁੰਮਣ ਲੱਗ ਗਿਆ। ਤੇ ਅਸਲ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਪਾਰਟੀਆਂ ਦੇਖੋ ਅਜੇ ਵੀ ਕੁਛ ਹੱਦ ਤੱਕ ਚਲੇ, ਇਹ ਆਪਾਂ ਇਹ ਤਾਂ ਨੀ ਕਹਿ ਸਕਦੇ ਕਿ 100% ਹੀ ਸਾਰਾ ਕੁਛ ਵਿਗੜ ਗਿਆ। ਬਹੁਤ ਸਾਰੇ ਲੋਕ, ਬਹੁਤ ਸਾਰੇ ਸਿਆਸਤਦਾਨ ਵੀ, ਬਹੁਤ ਸਾਰੇ ਕੁਛ ਅਦਾਰੇ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਅਜੇ ਵੀ ਉਹਨਾਂ 'ਚ ਮਾਨਤਾਵਾਂ ਹੈਗੀਆਂ ਨੇ ਕਿ, ਪਰ ਬਾਈ ਐਂਡ ਲਾਰਜ ਵੱਡੇ ਪੱਧਰ ਤੇ ਜਿਹੜਾ ਡੋਮੀਨੇਟਿੰਗ ਫਿਨੋਮਨਾ ਹੁਣ ਇਹ ਦਿਸਣ ਲੱਗ ਗਿਆ ਕਿ ਤੁਸੀਂ ਨਿੱਜ ਨੂੰ ਪਹਿਲ ਦਿੰਦੇ ਹੋ। ਸੋ ਇਹ ਇਹਦੇ ਕਰਕੇ ਕੋਈ ਇੱਕ ਥਾਂ ਨਹੀਂ ਹੈਗਾ ਇਹ, ਇਹਦਾ ਮੈਨੂੰ ਨੀ ਲੱਗਦਾ ਕਿ ਕੋਈ ਫੌਰੀ ਤੌਰ ਤੇ ਕੋਈ ਇਲਾਜ ਹੈ ਇਹਦਾ ਸਾਰੀ ਪਾਰਟੀ ਨੂੰ, ਔਰ ਪਹਿਲਾਂ ਵੀ ਹੁੰਦਾ ਰਿਹਾ ਪਰ ਇਸ ਵਾਰ ਹੌਲੀ ਹੌਲੀ ਵੱਧ ਰਿਹਾ। ਠੀਕ ਹੈ, ਇਸ ਵਾਰ ਦਲ ਬਹੁਤ ਜ਼ਿਆਦਾ ਹੋਈਆਂ ਨੇ ਜੀ,
ਮੈਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਸਰ, ਜੋ ਤੁਸੀਂ ਵੀ ਜ਼ਿਕਰ ਕੀਤਾ ਆਪਾਂ ਪਿਛਲੇ ਇਲੈਕਸ਼ਨਸ ਦੇ ਨਾਲ, ਮੈਂ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵਾਲੇ ਇਲੈਕਸ਼ਨ ਜਾਂ ਕਹਾਂ 90 ਦੇ ਦੌਰ 'ਚ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਕੰਪੇਅਰ, ਕਿਉਂਕਿ ਤੁਸੀਂ ਸਾਰੇ ਇਲੈਕਸ਼ਨ ਬਹੁਤ ਨੇੜੇ ਤੋਂ ਕਵਰ ਕੀਤੇ ਹੋਣਗੇ। ਮੈਂ ਇੱਕ ਵਾਰ ਪ੍ਰੋਫੈਸਰ ਸਾਹਿਬ ਦਾ ਰੁਖ ਕਰ ਲਵਾਂ, ਮਨਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਸਾਹਿਬ, ਮੈਂ ਪਹਿਲੇ ਐਂਗਲ ਤੋਂ ਇੱਕ ਆਗੂ ਦੇ ਨਜ਼ਰੀਏ ਤੋਂ ਸਮਝਣਾ ਚਾਹ ਰਿਹਾ, ਲੋਕ ਵੀ ਜਾਣਨਾ ਚਾਹੁੰਦੇ ਹੋਣਗੇ। ਦੇਖੋ, ਇੱਕ ਸਟੂਡੈਂਟ ਪੂਰਾ ਸਾਲ ਮਿਹਨਤ ਕਰਦਾ ਅਤੇ ਫਿਰ ਜਾ ਕੇ ਜੇ ਉਹਨੂੰ ਇਗਜ਼ਾਮ 'ਚ ਬੈਠਣ ਨਾ ਦਿੱਤਾ ਜਾਵੇ ਤਾਂ ਫਿਰ ਦੁੱਖ ਹੋਏਗਾ। ਕੋਈ ਸ਼ਖਸ ਪੂਰਾ ਦਿਨ ਮਿਹਨਤ ਕਰਦਾ, ਸ਼ਾਮ ਨੂੰ ਜਾ ਕੇ ਉਸਨੂੰ ਉਸਦਾ ਜਿਹੜਾ ਕਿੱਤੇ ਦਾ ਲਾਹਾ ਨਾ ਮਿਲੇ ਤਾਂ ਫਿਰ ਦੁੱਖ ਹੋਏਗਾ। ਕਿ ਇਸ ਨਜ਼ਰੀਏ ਤੋਂ ਪੋਲੀਟੀਕਲ ਆਗੂਆਂ ਨੂੰ ਨਹੀਂ ਦੇਖਿਆ ਜਾ ਸਕਦਾ ਕਿ ਪੋਲੀਟੀਕਲ ਪਾਰਟੀਆਂ ਇੱਕ ਤਰੀਕੇ ਦੇ ਨਾਲ ਇਸਤੇਮਾਲ ਕਰ ਦਿੰਦੀਆਂ ਨੇ ਕਿ ਠੀਕ ਹੈ ਇਸ ਵਾਰ ਜ਼ਰੂਰਤ ਹੈ ਤਾਂ ਇਸਤੇਮਾਲ ਕਰ ਲਿਆ, ਇਸ ਵਾਰ ਕੋਈ ਹੋਰ ਆ ਗਿਆ ਤਾਂ ਉਹਨੂੰ ਉੱਥੇ ਲਿਆਂਦਾ। ਦੇਖੋ ਗੌਰਵ ਜੀ, ਜਿਸ ਤਰੀਕੇ ਨਾਲ ਤੁਸੀਂ ਐਜੂਕੇਸ਼ਨ ਦੀ ਐਗਜ਼ਾਮਪਲ ਦਿੱਤੀ ਆ, ਉੱਥੇ ਵੀ ਹਾਲਤ ਇਹੋ ਜਿਹੀ ਹੈ ਜੀ। ਨੰਬਰ ਤੇ ਸਰਟੀਫਿਕੇਟ ਇੰਪੋਰਟੈਂਟ ਆ, ਉਹ ਤੁਸੀਂ ਨਕਲ ਮਾਰ ਕੇ ਲਿਆ, ਸਿਫਾਰਿਸ਼ ਪਾ ਕੇ ਲਿਆ, ਟਿਊਸ਼ਨਾਂ ਕਰਕੇ ਲਿਆ, ਜੋ ਮਰਜ਼ੀ ਕਿਹਾ, ਅਕਲ ਆਉਂਦੀ ਜਾਂ ਨਹੀਂ ਆਉਂਦੀ, ਉੱਥੇ ਵੀ ਸਿਸਟਮ ਡਾਵਾਂਡੋਲ ਹੀ ਹੈ। ਸਿਰਫ ਤੇ ਸਿਰਫ ਨੰਬਰ ਲੈਣੇ ਚਾਹੀਦੇ, ਭਾਵੇਂ ਤੋਤਾ ਬਣ ਕੇ ਲੈ ਲਓ ਤੇ ਭਾਵੇਂ ਪੁੱਠੇ ਹੋ ਕੇ ਚਮਗਾਦੜ ਬਣ ਕੇ ਲੈ ਲਓ। ਇੱਥੇ ਕੀ ਹੈ, ਇੱਥੇ ਪਾਰਟੀਆਂ ਪਹਿਲਾਂ ਪਾਰਟੀਆਂ ਬਣਦੀਆਂ ਸੀਗੀਆਂ ਜਾਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ ਕਿਸੇ ਵੀ ਡੈਮੋਕ੍ਰੇਟਿਕ ਤੰਤਰ ਦੇ ਵਿੱਚ, ਪਾਰਟੀਆਂ ਦਾ ਇੱਕ ਪ੍ਰੋਗਰਾਮ ਆ, ਪਾਰਟੀਆਂ ਦੇ ਅੰਦਰੂਨੀ ਇੱਕ ਡੈਮੋਕ੍ਰੇਸੀ ਹੈ, ਪਾਰਟੀਆਂ ਦੇ ਲੀਡਰਾਂ ਦੀ ਰਿਸਪੈਕਟ ਆ, ਉਹ ਇੱਕ ਰੋਲ ਮਾਡਲ ਆ, ਇੱਕ ਆਈਡੀਅਲ ਆ, ਲੋਕਾਂ ਨੂੰ ਇੰਸਪਾਇਰ ਕਰਦੇ ਆ, ਕਾਡਰ ਨੂੰ ਇੰਸਪਾਇਰ ਕਰਦੇ ਆ ਜੀ। ਔਰ ਕੋਈ ਹੋਰ ਬਹੁਤੀਆਂ ਇੱਧਰ ਐਰਾ ਵਗੈਰਾ ਚੀਜ਼ਾਂ ਨਹੀਂ ਸੀ। ਐਰਾ ਵਗੈਰਾ ਦਾ ਮਤਲਬ ਅੱਜ ਤੇ ਪੈਸਾ ਦੇ ਕੇ ਮੀਡੀਆ ਨੂੰ ਜਿੱਧਰ ਮਰਜ਼ੀ ਲੈ ਜਾਓ, ਤੁਹਾਨੂੰ ਨੀ ਮੈਂ ਕਹਿ ਰਿਹਾ ਲਾ ਕੇ, ਮੈਂ ਜੋ ਹਾਲਾਤ ਦੇਸ਼ ਦੇ ਬਣੇ ਬਣਦੇ ਜਾ ਰਹੇ ਆ, ਮੀਡੀਆ ਵੀ ਕਮਰਸ਼ੀਅਲ ਹੋ ਗਿਆ, ਮੀਡੀਆ ਦੇ ਵੀ ਇਹਦੇ ਵਿੱਚ ਬੜਾ ਸੰਕਟ ਆ ਗਿਆ ਆ। ਅੱਛਾ, ਤੁਸੀਂ ਮੇਨਸਟ੍ਰੀਮ ਮੀਡੀਆ ਛੱਡ ਲਓ, ਜਿਹਦੇ ਵਿੱਚ ਫਿਰ ਵੀ ਲੋਕਾਂ ਦਾ ਭਰੋਸਾ, ਭਾਵੇਂ ਪ੍ਰਿੰਟ ਆ ਭਾਵੇਂ ਟੀਵੀ ਵਾਲਾ। ਸੋਸ਼ਲ ਮੀਡੀਆ ਕਹਿੰਦੇ ਆ, ਕਈਆਂ ਪਾਰਟੀਆਂ ਨੇ 10-10 ਹਜ਼ਾਰ ਬੰਦੇ ਲਾਤੇ ਆ, ਦਿਨ ਰਾਤ ਧੜਾ ਧੜ, ਪਤਾ ਨੀ ਝੂਠ ਸੱਚ ਕੀ ਗੁੰਨਿਆ ਜਾ ਰਿਹਾ। ਹੁਣ ਜਦੋਂ ਸ਼ਕਤੀ ਦਾ ਹੀ ਰਹਿ ਗਿਆ ਕਿ ਮੈਂ ਪਾਵਰ ਚ ਆਉਣਾ ਕਿਸੇ ਵੀ ਤਰੀਕੇ ਨਾਲ ਆਉਣਾ, ਪੁੱਠਾ ਸਿੱਧਾ ਕੰਮ ਕਰਕੇ ਹੇਰਾ ਫੇਰੀ, ਆ ਹੁਣ 4600 ਕਰੋੜ ਦਾ ਮਾਲ ਫੜਿਆ ਗਿਆ, ਵਿੱਚੇ ਪੈਸਾ, ਵਿੱਚੇ ਕੈਸ਼, ਵਿੱਚੇ ਦਾਰੂ ਤੇ ਵਿੱਚੇ ਡਰੱਗ। 40 ਅਜੇ ਜੁੰਮਾ ਚੱਲੀ ਵੀ ਨਹੀਂ, ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਕਿ 4600 ਕਰੋੜ ਦਾ ਮਾਲ ਅਸੀਂ ਜ਼ਬਤ ਕਰ ਚੁੱਕੇ ਹਾਂ। ਅੰਦਾਜ਼ਾ ਲਓ ਕਿ ਦੇਸ਼ ਦੇ ਅੰਦਰ ਹੋ ਕੀ ਰਿਹਾ। ਤੇ ਇਹ ਤੁਹਾਡਾ ਕੀ ਖਿਆਲ, ਜਦੋਂ ਪਾਰਟੀਆਂ ਇਹੋ ਜਿਹੀਆਂ ਸੱਤਾ 'ਚ ਆਉਣਗੀਆਂ, ਉਹ ਦੇਸ਼ ਸੇਵਾ ਲਈ ਆ ਰਹੀਆਂ, ਉਹ ਤੇ ਪਰਿਵਾਰ ਸੇਵਾ ਲਈ, ਆਪਣੇ ਸੇਵਾ ਲਈ, ਭਵਿੱਖ ਲਈ। ਇਸ ਲਈ ਡਿਸਕਨੈਕਟ ਹੋ ਗਿਆ ਜਿਸ ਕੰਮ ਲਈ ਪਾਰਟੀਆਂ ਬਣੀਆਂ ਸੀ ਓਰੀਜਨਲੀ, ਦੇਸ਼ ਸੇਵਾ ਲਈ, ਚਲਾਉਣ ਲਈ, ਲੋਕਾਂ ਦੇ ਹਿੱਤ ਪੂਰਨ ਲਈ। ਇਹ ਨੁਮਾਇੰਦਗੀ ਕਰਦੀਆਂ, ਜਾਣੀ ਵੱਡੀਆਂ ਪੰਚਾਇਤਾਂ ਹੀ ਸਮਝ ਲਓ, ਉਹ ਤੇ ਪੰਚਾਇਤਾਂ ਨੀ ਪਿੰਡ ਦਾ ਕਰਦੀਆਂ। ਉੱਥੇ ਇਹੋ ਹੀ ਹਾਲ ਹੋਇਆ, ਛੱਪੜਾਂ ਨੂੰ ਗਲਤ ਦਿਖਾ ਕੇ ਤੇ ਉੱਥੇ ਪੈਸੇ ਕਿਤੇ ਹੋਰ ਪਈ ਜਾਂਦੇ ਆ, ਉਹ ਵੀਡੀਓ ਜਾਂ ਹੋਰ ਛੋਟੇ ਪੱਧਰ ਤੇ ਰਲ ਕੇ। ਕੁਝ ਪੰਚਾਇਤਾਂ ਚੰਗੀਆਂ ਵੀ ਆ, ਸਾਰੀਆਂ ਮਾੜੀਆਂ ਨੀ ਕਹਿ ਰਹੇ ਮੈਂ, ਪਰ ਬਹੁਤੀਆਂ ਇਸ ਗੱਲ ਦਾ ਵੀ ਆ ਕਿ ਚਲੋ ਆਪਣੀਆਂ ਮੌਜਾਂ ਕਰਨੀਆਂ। ਹੁਣ ਜਦੋਂ ਇਹ ਕਲਚਰ ਬਣ ਗਿਆ ਆ, ਇਸ ਦਾ ਜਦ ਤੱਕ ਅਸੀਂ ਮੁਕਾਬਲਾ ਨਹੀਂ ਕਰਦੇ, ਕੌਣ ਜਾਂਦੇ ਆ ਪਾਰਟੀਆਂ ਦੇ ਅੰਦਰ? ਉਹ ਜਾਂਦੇ ਆ ਜਿਹੜੇ ਕਹਿੰਦੇ ਕਿ ਮੈਂ ਆਪਣਾ ਕੈਰੀਅਰ ਬਣਾਉਣ ਚੱਲਿਆ। ਤੁਸੀਂ ਸੁਣ ਲੈਣਾ ਸੀਗਾ ਮਲੂਕਾ ਜੀ ਦੀ ਜਿਹੜੀ ਨੋਹ ਆ, ਜਦੋਂ ਜਾ ਰਹੇ ਹੋ ਕਹਿੰਦੇ ਫਿਰ ਕੀ ਆ, ਮੈਂ IAS ਦਾ ਮੇਰਾ ਕੈਰੀਅਰ ਸੀ, ਮੈਂ ਛੱਡਤਾ, ਮੈਨੂੰ ਹੁਣ ਇਹ ਚੰਗਾ ਲੱਗਾ, ਮੈਂ ਇਹਦੇ 'ਚ ਜਾਊਂਗੀ, ਮੈਨੂੰ ਨੀ ਕੋਈ ਫਰਕ ਪੈਂਦਾ ਮੈਂ ਕਿਹੜੀ ਪਾਰਟੀ 'ਚ ਜਾ ਰਹੀ ਹਾਂ, ਜਿੱਥੋਂ ਮੈਨੂੰ ਚੰਗਾ ਲੱਗੂ ਮੈਂ ਉੱਥੇ ਜਾਊਂ, ਇਹ ਮੇਰਾ ਅਧਿਕਾਰ ਆ। ਜਦੋਂ ਸੋਚ ਇਹ ਹੋਊਗੀ, ਮੈਂ ਇੱਕ ਐਗਜ਼ਾਮਪਲ ਦੇ ਕੇ ਕਹਿ ਰਿਹਾ, ਸੋਚ ਇਹ ਹੋਊਗੀ ਕਿ ਮੈਂ ਇਹਦੇ ਕੈਰੀਅਰ ਬਣਾਉਣ ਜਾ ਰਹੀ ਹਾਂ, ਭਾਵੇਂ ਉਹ ਪ੍ਰੋਫੈਸਰ ਦਾ ਹੋਵੇ, ਭਾਵੇਂ ਪੋਲੀਟੀਸ਼ੀਅਨ ਦਾ ਹੋਵੇ, ਭਾਵੇਂ IAS ਦਾ ਹੋਵੇ, ਤਾਂ ਫਿਰ ਉੱਥੇ ਰੌਲੇ ਪੈਣਗੇ ਹੀ ਪੈਣਗੇ, ਜਿਹੜਾ ਤੁਹਾਡਾ ਅੱਜ ਦਾ ਸਵਾਲ ਆ। ਕਿਉਂਕਿ ਨਿੱਜਵਾਦ ਭਾਰੂ ਆ,
ਨਾ ਦੇਸ਼ ਪਿਆਰ, ਨਾ ਲੋਕਾਂ ਦੇ ਮੁੱਦੇ, ਨਾ ਪਾਰਟੀ ਦਾ ਪ੍ਰੋਗਰਾਮ, ਨਾ ਪਾਰਟੀ ਦੀ ਵਿਚਾਰਧਾਰਾ, ਨਾ ਕਾਡਰ ਦੇ ਕੰਮ ਦੀ ਇੱਜ਼ਤ। ਲੀਡਰ ਵੀ ਕਹਿੰਦਾ ਚਾਰ ਬੰਦੇ ਫੜ ਕੇ ਕੰਮ ਕੱਢੋ, ਬਾਕੀ ਦੇਖਾਂਗੇ ਬਾਅਦ ਵਿੱਚ। ਜੁੱਤੀਆਂ ਘਸਾਉਣ ਵਾਲੇ ਬਾਹਰ ਆ, ਤੇ ਹੋਰ ਹੀ ਤਰੀਕੇ ਨਾਲ ਹੁਣ ਚੋਣਾਂ ਲੜੀਆਂ ਜਾਂਦੀਆਂ, ਜਿਹ ਚ ਮੀਡੀਆ ਦਾ, ਪੈਸੇ ਦਾ, ਦਾਰੂ ਦਾ, ਕਨੈਕਸ਼ਨ ਦਾ, ਦੋ ਨੰਬਰੀ ਪੈਸੇ ਦੀ ਭਰਮਾਰ ਆ ਤੁਹਾਡੇ ਸਾਹਮਣੇ, ਜਿਸ ਨੂੰ ਬਹੁਤ ਸੁਧਾਰਨ ਦੀ ਲੋੜ ਹੈ। ਠੀਕ ਹੈ, ਸਾਡੇ ਨਾਲ ਬਲਜੀਤ ਬੱਲੀ ਜੀ ਜੁੜੇ ਹੋਏ ਨੇ। ਸਰ, ਤੁਸੀਂ ਕੰਪੈਰੀਜ਼ਨ ਦਾ ਜ਼ਿਕਰ ਕਰ ਰਹੇ ਸੀ ਕਿ ਬਾਕੀ ਤੁਲਨਾ ਹੋ ਸਕਦੀ ਹੈ। ਦੇਖੋ, ਪਿਛਲੇ 4-5 ਇਲੈਕਸ਼ਨ ਮੈਂ ਖੁਦ ਕਵਰ ਕੀਤੇ ਨੇ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, 2009, 2012, 2017, 2014। ਦੇਖੋ, ਪੁਆਇੰਟ ਇਹ ਹੈ ਕਿ ਹਰ ਵਾਰ ਦੇ ਇਲੈਕਸ਼ਨ ਦੇ ਵਿੱਚ ਇਸ ਤਰੀਕੇ ਨਾਲ ਨਾਰਾਜ਼ਗੀਆਂ ਅਤੇ ਦਲ ਬਦਲੀਆਂ ਨਜ਼ਰ ਆਉਂਦੀਆਂ ਨੇ, ਅਤੇ ਹਰ ਵਾਰੀ ਆਪਾਂ ਜ਼ਿਕਰ ਕਰਦੇ ਹਾਂ ਕਿ ਪਹਿਲਾਂ ਦੇ ਨਾਲੋਂ ਮੁਕਾਬਲੇ ਇਸ ਵਾਰ ਜ਼ਿਆਦਾ ਹੋ ਰਿਹਾ, ਔਰ ਹਰ ਵਾਰ ਦੇ ਇਲੈਕਸ਼ਨ 'ਚ ਹੁੰਦਾ ਕਿ ਬਾਕੀ ਇਹ ਸਮਝਿਆ ਜਾਵੇ ਜਾਂ ਲੋਕ ਸਮਝਣ ਕਿ ਜਿਹੜੇ 1996 'ਚ ਇਲੈਕਸ਼ਨ ਹੋਏ ਜਾਂ 99 'ਚ ਇਲੈਕਸ਼ਨ ਹੋਏ ਤਾਂ ਉਸ ਸਮੇਂ ਕੁਝ ਸਟੈਂਡਰਡ ਸੀ ਕਿ ਜਿਹਨਾਂ ਨੂੰ ਧਿਆਨ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਆਗੂ ਰੱਖਦੇ ਸੀ। ਦੇਖੋ, ਜਿਹੜੇ ਜਦੋਂ ਰਵਾਇਤੀ ਜਿਹੜੇ ਪੋਲੀਟੀਸ਼ੀਅਨ ਸੀਗੇ, ਕੁਛ ਜਿਹੜਾ 15-20 ਸਾਲ ਪਹਿਲਾਂ, 25 ਸਾਲ ਪਹਿਲਾਂ, ਉਹ ਇੱਕ ਤਾਂ ਪਾਰਟੀਆਂ ਦੇ ਵਿੱਚ ਵੀ ਕਾਫੀ ਵਿਚਾਰਧਾਰਕ ਕਿਸੇ ਨਾ ਕਿਸੇ ਲੈਵਲ ਤੇ ਵਿਚਾਰਧਾਰਾ ਨੂੰ, ਜਿਵੇਂ ਕਾਂਗਰਸ ਆਪਣੀ ਵਿਚਾਰਧਾਰਾ ਸੀ, ਕਮਿਊਨਿਸਟ ਪਾਰਟੀ ਆਪਣੀ ਵਿਚਾਰਧਾਰਾ ਨੂੰ ਪਹਿਲ ਦਿੰਦੀਆਂ ਸੀ, ਈਵਨ ਬੀਜੇਪੀ ਆਪਣੀ ਉਸਨੂੰ ਬੀਜੇਪੀ ਜਿਹੜੀ ਆਪਣੀ ਵਿਚਾਰਧਾਰਾ ਨੂੰ ਕਿਸੇ ਹੱਦ ਤੱਕ ਉਹਨਾਂ ਚ ਡੋਮੀਨੇਟਿੰਗ। ਦੇਖੋ, ਇਹ ਨੀ ਕਿ ਉਦੋਂ ਵੀ ਹੁੰਦਾ ਸੀਗਾ, ਪਿਛਲੇ ਇਲੈਕਸ਼ਨ ਚ ਵੀ ਹੋਇਆ, ਉਦੋਂ ਪਹਿਲੀਆਂ ਚ ਵੀ ਹੋਇਆ। ਇਹ ਤਾਂ ਦਲ ਬਦਲੀ ਜਿਹੜਾ, ਉਹ ਤਾਂ ਆਇਆ ਰਾਮ ਗਿਆ ਰਾਮ ਭਜਨ ਲਾਲ ਚੌਧਰੀ ਭਜਨ ਲਾਲ ਨੇ ਸ਼ੁਰੂ ਕੀਤਾ ਸੀ ਕਿੰਨੇ ਸਾਲ ਪਹਿਲਾਂ। ਉਦੋਂ ਦੇਖੋ ਨਾ, ਉਦੋਂ ਸਾਰੀ ਦੀ ਸਾਰੀ ਪਾਰਟੀ ਲੈ ਕੇ ਉਹ ਆਪਣਾ ਦਲ ਬਦਲੀ ਕਰ ਲਈ ਸੀ। ਉਦੋਂ ਬਹੁਤ ਵੱਡੀ ਘਟਨਾ ਲੱਗੀ ਸੀ ਇਹ ਉਸ ਵੇਲੇ। ਇਹ ਹੁੰਦੀਆਂ ਤਾਂ ਨਹੀਂ ਹੈ, ਪਰ ਪਾਰਟੀਆਂ ਦੇ ਵਿੱਚ ਡੋਮੀਨੇਟਿੰਗ ਜਿਹੜਾ ਨਾ ਭਾਰੂ ਰੁਝਾਨ ਹੋ ਜਾਏ ਸਾਰੀਆਂ ਪਾਰਟੀਆਂ ਚ, ਜੇ ਟਿਕਟ ਨਹੀਂ ਮਿਲੀ ਤਾਂ ਨਾਰਾਜ਼ ਹੈ, ਤੇ ਜੇ ਟਿਕਟ ਨਹੀਂ ਮਿਲ ਰਹੀ ਤਾਂ ਦੂਜੀ ਪਾਰਟੀ ਚ ਬਦਲ ਕੇ ਦੂਜੀ ਪਾਰਟੀ ਚ ਲੈ ਜਾਣਾ, ਦੂਜੀ ਮਿਲਦੀ ਹੈ ਦੂਜੀ ਚ ਲੈ ਜਾਓ। ਤੇ ਇਹ ਵੀ ਜੇ ਟਿਕਟ ਮਿਲਦੀ ਵੀ ਹੈ, ਦੇਖੋ ਐਤਕੀ ਤਾਂ ਇਹ ਹੋਇਆ ਵੀ ਜਿਹਨਾਂ ਨੂੰ ਟਿਕਟ ਮਿਲਦੀ ਵੀ ਹੈ ਤੇ ਉਹਨਾਂ ਨੂੰ ਲੱਗਿਆ ਵੀ ਇਸ ਪਾਰਟੀ ਚ ਰਹਿ ਕੇ ਅਸੀਂ ਜਿੱਤ ਨਹੀਂ ਸਕਦੇ ਜਾਂ ਕੋਈ ਹੋਰ ਕਾਰਨ ਨੇ, ਪੋਲੀਟੀਕਲ ਪਾਰਟੀਆਂ ਨਹੀਂ ਰੱਖਦੀਆਂ ਤਾਂ ਲੱਗਦਾ ਕਿ ਉਹਨਾਂ ਦਾ ਦਿਲ ਟੁੱਟਦਾ, ਹੌਸਲਾ ਟੁੱਟਦਾ ਕਿ ਹੁਣ ਜਿੱਤਾਂਗੇ ਕਿਵੇਂ ਜਾਂ ਫਿਰ ਲੜਾਂਗੇ ਕਿਵੇਂ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਮਨਜੀਤ ਹੋਰਾਂ ਨੇ ਜੀ, ਉਹ ਹੈ ਕਿ ਪਾਰਟੀਆਂ ਦੇ ਵਿੱਚ ਅੱਗੇ ਡੈਮੋਕ੍ਰੇਸੀ ਹੁੰਦੀ ਸੀ, ਪਾਰਟੀਆਂ ਦੀ ਵਿਦਨ ਪਾਰਟੀ ਡੈਮੋਕ੍ਰੇਸੀ ਹੁੰਦੀ ਸੀ, ਵਿਦਨ ਪਾਰਟੀ ਰਾਏ ਮਸ਼ਵਰੇ ਨਾਲ, ਸਾਰਿਆਂ ਦੀ ਕ੍ਰਾਈਟੇਰੀਆ ਜਿਹੜਾ ਉਹ ਹੁੰਦਾ ਸੀ ਵੀ ਸਾਰਿਆਂ ਦੇ ਰਾਏ ਮਸ਼ਵਰੇ ਨਾਲ, ਤੇ ਜਿਹੜੇ ਵਿਨਿੰਗ ਕੈਂਡੀਡੇਟ ਹੈਗੇ ਜਾਂ ਜਿਹਨਾਂ ਨੂੰ ਜੈਨੂਇਨ ਕੈਂਡੀਡੇਟ ਉਹ ਅੱਗੇ ਆਉਣ ਜੀ। ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਪੈਸੇ ਦਾ ਰੋਲ ਹੋ ਗਿਆ ਤੇ ਪਾਰਟੀਆਂ ਦੇ ਵਿੱਚ ਅਥਾਰਿਟੇਰੀਅਨ ਜਿਹੜਾ ਟ੍ਰੈਂਡ ਹੋ ਗਿਆ ਜੀ, ਤੇ ਪੈਸੇ ਦਾ ਤੇ ਜਿਹੜੀਆਂ ਪੁਜੀਸ਼ਨਾਂ ਦਾ ਤੇ ਸਾਰੇ ਜੁਗਾੜ ਬਣਾਉਣ ਦਾ ਰੋਲ ਹੋ ਗਿਆ, ਵੋਟ ਬੈਂਕ ਕੌਣ ਪ੍ਰਭਾਵਿਤ ਕਰ ਸਕਦਾ, ਵੋਟ ਬੈਂਕ ਨੂੰ ਮੈਨੇਜ ਕੌਣ ਕਰ ਸਕਦਾ, ਉਹ ਹੋ ਗਿਆ। ਤੇ ਉਹਦੇ ਨਾਲ ਕੀ ਹੈ ਕਿ ਜਿਹੜਾ ਦੇਖੋ ਨਾ, ਇਹ ਜਿਹੜੇ ਹੁਣ ਢੀਂਡਸਾ ਪਰਿਵਾਰ ਦਾ ਕੀ ਹੈ, ਸਾਨੂੰ ਤਾਂ ਪੁੱਛਿਆ ਹੀ ਨਹੀਂ। ਢੀਂਡਸਾ ਪਰਿਵਾਰ ਦਾ ਇਹ ਆ ਰਿਹਾ ਹੈ ਵੀ ਸਾਨੂੰ ਦੱਸੇ ਬਿਨਾਂ ਹੀ, ਵੀ ਸਾਨੂੰ ਉਮੀਦ ਤਾਂ ਸੀ ਟਿਕਟ ਦੀ, ਪਰ ਸਾਨੂੰ ਭਰੋਸਾ ਲੈ ਕੇ ਭਰੋਸੇ 'ਚ ਲੈ ਬਿਨਾਂ ਹੀ ਕਰਤੀ, ਇਸ ਤਰ੍ਹਾਂ ਦੀ ਗੱਲ ਆ ਰਹੀ ਹੈ। ਠੀਕ ਹੈ, ਸੋ ਜਿਹੜਾ ਵਿਦਨ ਪਾਰਟੀ ਜਿਹੜਾ ਕਿਸੇ ਹੱਦ ਤੱਕ ਡੈਮੋਕ੍ਰੇਸੀ ਹੁੰਦੀ ਸੀ, ਆਪਸ ਦੇ ਰਾਏ ਮਸ਼ਵਰੇ ਨਾਲ ਇੱਕ ਕੰਸੈਂਸਸ ਬਣਾ ਕੇ ਕੈਂਡੀਡੇਟ ਚੁਣੇ ਜਾਂਦੇ ਸੀ,
ਉਹ ਵੀ ਜਿਹੜਾ ਪਾਰਟੀਆਂ ਦੇ ਵਿੱਚ ਜਿਹੜਾ ਖਤਮ ਹੋ ਗਿਆ ਹੈ, ਥੋੜੀ ਮੋਟੀ ਡੈਮੋਕ੍ਰੇਸੀ ਬਚੀ ਸੀ ਤੇ ਅਥਾਰਿਟੀ ਇਹ ਹੋ ਗਿਆ ਵੀ ਜਿਹੜਾ ਲੀਡਰ ਹੈ ਉਹਦੀ ਮਰਜ਼ੀ ਚੱਲਦੀ ਹੈ, ਤੇ ਉਹਨੇ ਉਹਦੇ ਕੰਸਿਡਰੇਸ਼ਨ ਜਾਂ ਉਹਦਾ ਕ੍ਰਾਈਟੇਰੀਆ ਜੀ ਉਹ ਹੋਰ ਨੇ, ਠੀਕ ਹੈ, ਉਹ ਜਿਹੜੇ ਇਹਨਾਂ ਨੇ ਕਿਹਾ ਕਿ ਉਹ ਪੱਖੀ ਨੇ ਜਾਂ ਉਹ ਆਪਣੇ ਆਪਣੇ ਨੇ, ਇਸ ਕਰਕੇ ਫਿਰ ਉਹ ਕੋਈ ਹੱਥ ਬੰਨੇ ਰਿਹਾ ਹੀ ਨਹੀਂ। ਤਮਿਲਨਾਡੂ ਦੀ ਕੋਈ ਸੀਟ ਹੋਵੇ ਉਸਦਾ ਅਸਰ ਸਿੱਧਾ ਇਹ ਹੋਏਗਾ ਕਿ ਪ੍ਰਧਾਨ ਮੰਤਰੀ ਵਾਲੀ ਕੁਰਸੀ ਨੇੜੇ ਆਉਂਦੀ ਰਹੇਗੀ, ਤਾਂ ਫਿਰ ਪੋਲੀਟੀਕਲ ਪਾਰਟੀਆਂ ਦਾ ਕਸੂਰ ਕੱਢਿਆ ਜਾਵੇ ਇਸ ਦੇ ਵਿੱਚ ਕਿ ਨਹੀਂ? ਨਹੀਂ ਨਹੀਂ, ਦੁਬਾਰਾ ਸਵਾਲ ਕਰਿਓ, ਕੀ ਕਿਹਾ ਤੁਸੀਂ? ਮੈਂ ਸਮਝਣਾ ਚਾਹ ਰਿਹਾ ਸੀ, ਇੱਕ ਤਾਂ ਮੈਂ ਸਵਾਲ ਤੁਹਾਨੂੰ ਪਹਿਲਾਂ ਪੁੱਛਿਆ ਕਿ ਜੋ ਇੱਕ ਕੈਂਡੀਡੇਟ ਜਾਂ ਫਿਰ ਦਾਅਵੇਦਾਰ ਦੇ ਤੌਰ ਦੇ ਉੱਤੇ ਹੈ, ਦੂਜਾ ਪੋਲੀਟੀਕਲ ਪਾਰਟੀਆਂ ਦੇ ਤੌਰ ਤੇ, ਕਿ ਉਹਨਾਂ ਨੂੰ ਕਲੀਅਰ ਹੈ ਉਹਨਾਂ ਨੂੰ ਚਾਹੀਦੇ ਨੇ ਨੰਬਰ, ਉਹ ਚਾਹੇ ਪੰਜਾਬ ਦੀ ਕੋਈ ਸੀਟ ਹੋਵੇ, ਕੋਈ ਮੱਧ ਪ੍ਰਦੇਸ਼ ਦੀ ਸੀਟ ਹੋਵੇ ਜਾਂ ਫਿਰ ਸਾਊਥ ਇੰਡੀਆ ਦੀ ਸੀਟ ਹੋਵੇ, ਕਿ ਉਹਨਾਂ ਦੇ ਐਂਗਲ ਤੋਂ ਸੋਚਿਆ ਜਾਵੇ ਤਾਂ ਠੀਕ ਹੈ ਕਿ ਹਾਂ ਜਿਹੜਾ ਲੱਗ ਰਿਹਾ ਕਿ ਜਿੱਤ ਜਾਏਗਾ ਉਹਨਾਂ ਨੂੰ ਟਿਕਟ ਦੇ ਦਿੱਤੀ? ਮੈਂ ਇਹ ਤੇ ਐਡਾ ਰਿਵਰਸ ਪ੍ਰੋਸੈਸ ਆ ਕਿ ਪਾਰਟੀਆਂ ਦੇ ਅੰਦਰ ਕਿ ਚੰਗੇ ਬੰਦੇ ਚਾਹੁੰਦੇ ਹੀ ਨਹੀਂ, ਉਹ ਤੇ ਜੈਸਮੈਨ ਚਾਹੁੰਦੇ ਆ ਬਿਲਕੁਲ ਖੋਤੇ, ਹੁਣ ਤੇ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਦਾ ਕਿ ਉਹ ਪਾਰਲੀਮੈਂਟ 'ਚ ਆ ਕੇ ਬਹਿ ਜਾਣ, ਸੋਚਣ ਨਾ ਹੱਥ ਖੜਾ ਕਰ ਦੇਣ ਜਦੋਂ ਕੋਈ ਯੈਸ 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 ਪਾਸ 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 ਪਾਸ, ਇਹ ਸਾਰੀਆਂ ਪਾਰਟੀਆਂ ਦਾ ਟ੍ਰੈਂਡ ਆ, ਬੜਾ ਖਤਰਨਾਕ ਟ੍ਰੈਂਡ ਆ, ਵਧੀਆ ਬੰਦਿਆਂ ਨੂੰ ਉਹ ਬਾਹਰ ਰੱਖਦੇ ਕਿ ਕੱਲ ਨੂੰ ਕੰਪੀਟ ਨਾ ਕਰਨ ਉਹ। ਦੂਜੀ ਗੱਲ ਜਿਹੜੀ ਤੁਸੀਂ ਅੱਜ ਛੇੜੀ ਹੈ ਦਿਲ ਦੇ ਦੁੱਖ ਦੀ ਦਰਦ ਦੀ, ਭਾਵੇਂ ਉਹ ਕਾਂਗਰਸ ਅੰਦਰ ਆ, ਬੀਜੇਪੀ ਅੰਦਰ ਆ, ਆਪ ਅੰਦਰ ਆ, ਜਿੱਥੇ ਵੀ ਆ, ਸਾਰੀ ਜਗ੍ਹਾ ਕਾਡਰ ਦਾ ਕੀ ਹਾਲ ਹੋਊਗਾ, ਬੜਾ ਇੰਪੋਰਟੈਂਟ ਸਵਾਲ ਆ। ਮੈਂ ਬੀਜੇਪੀ ਨੂੰ ਇਹ ਆਈਸੋਲੇਟ ਕਰਕੇ ਨਹੀਂ ਕਹਿ ਰਿਹਾ, ਪਰ ਸਭ ਤੋਂ ਵਧੀਆ ਐਗਜ਼ਾਮਪਲ ਇਸ ਵੇਲੇ ਬੀਜੇਪੀ ਦੀ ਪੰਜਾਬ ਦੇ ਅੰਦਰ ਹੈਗੀ ਆ। ਭਾਈ ਤੁਸੀਂ ਸਾਰੇ ਦੇ ਸਾਰੇ ਬੰਦੇ ਚੱਕ ਕੇ ਇਧਰੋਂ ਉਧਰੋਂ ਲਾ ਤੇ ਕੈਂਡੀਡੇਟ ਵੀ, ਤੇ ਪਾਰਟੀ ਨੂੰ ਵੀ ਨਹੀਂ ਛੱਡਿਆ, ਉਹਦਾ ਪ੍ਰਧਾਨ ਵੀ ਚੱਕ ਕੇ ਬਾਹਰੋਂ ਲਾ ਦਿੱਤਾ, ਤੇ ਫਿਰ ਪਾਰਟੀ ਕਿੱਥੇ ਆ? ਐਡੀ ਹਾਸੋਹੀਣੀ ਹਾਲਤ ਕਿਸੇ ਸਾਡਾ ਜਨਾਜ਼ਾ ਪੋਲਿਟਿਕਸ ਦਾ ਨਿਕਲਦਾ ਹੋਊ ਕਿ ਜਿਹੜੀ ਪਾਰਟੀ ਰਵਾਇਤੀ ਜਿਹੜੇ ਬੰਦੇ ਸਦੀਆਂ ਦੇ ਬੈਠੇ ਵਿਚਾਰੇ ਪੀੜ੍ਹੀ ਦਰ ਪੀੜ੍ਹੀ ਬੈਠੇ ਆ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ, ਉਹਨਾਂ ਦਾ ਦਰਦ ਤੇ ਜਾਣੋ ਤੁਸੀਂ? ਚਲੋ ਜੇ ਕਾਡਰ ਜੇ ਤੁਸੀਂ ਕੈਂਡੀਡੇਟ ਖੜੇ ਕਰ ਲਏ ਬਾਹਰੋਂ ਲਿਆ ਕੇ, ਨਹੀਂ ਤੁਹਾਨੂੰ ਕੋਈ ਲੱਭਿਆ, ਤੇ ਤੁਸੀਂ ਘੱਟੋ ਘੱਟ ਪਾਰਟੀ ਦੇ ਬੰਦਿਆਂ ਕੋਲ ਰੱਖੋ। ਇਹਦਾ ਮਤਲਬ ਹੋ ਕੀ ਗਿਆ? ਇਹਦਾ ਮਤਲਬ ਇਹ ਮੰਡੀ ਲੱਗੀ ਹੋਈ ਹੈ ਗੌਰਵ ਜੀ, ਮੰਡੀ ਦੇ ਵਿੱਚ ਜਿਵੇਂ ਤੁਸੀਂ ਚੀਜ਼ਾਂ ਵਿਕਦੀਆਂ ਖਰੀਦੀਆਂ ਜਾਂਦੀਆਂ, ਮੁੱਲ ਪੈਂਦੇ ਆ, ਮੁੱਲ ਪਾ ਪੂ ਕੇ, ਤੇ ਇਹ ਇੱਕ ਮੰਡੀ ਬਣੀ ਹੋਈ ਹੈ, ਬੜਾ ਕਮਰਸ ਹੋ ਗਿਆ, ਇੱਕ ਕਾਰਪੋਰੇਟ ਕਲਚਰ ਆ ਗਿਆ ਪਾਰਟੀਆਂ ਦੇ ਅੰਦਰ, ਜਿਹੜਾ ਦੇਸ਼ ਦੇ ਭਵਿੱਖ ਲਈ ਤੇ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਜੀ। ਬਲੀ ਇੱਕ ਬਹੁਤ ਛੋਟਾ ਜਿਹਾ ਰਿਐਕਸ਼ਨ ਸਰ, ਇਸੀ ਪੁਆਇੰਟ ਦੇ ਉੱਤੇ, ਇਹ ਮੰਡੀਆਂ ਲੱਗੀਆਂ ਨੇ, ਬਹੁਤ ਤਲਖ ਟਿੱਪਣੀਆਂ ਅੱਜ ਪ੍ਰੋਫੈਸਰ ਸਾਹਿਬ ਕਾਡਰ ਦੇ ਦਿਲ ਦੀ ਗੱਲ ਕਰਦੇ ਲੱਗ ਰਹੇ ਮੈਨੂੰ। ਨਹੀਂ ਤੇ ਨਹੀਂ, ਇਹ ਜਿਹੜਾ ਵਰਤਾਰਾ ਕੱਲਾ ਸਿਆਸਤ ਚ ਨੀ ਹੈਗਾ, ਸਾਰੀ ਸੋਸਾਇਟੀ ਚ ਹੈ, ਪ੍ਰੋਫਿਟ ਮੋਟਿਵ ਹੋ ਗਿਆ, ਜਿਹੜਾ ਸਾਰਾ ਸਾਡੀ ਸੋਸਾਇਟੀ ਹੈ ਉਹੀ ਮੰਡੀ ਓਰੀਐਂਟਡ ਹੋ ਗਈ, ਮਾਰਕੀਟ ਓਰੀਐਂਟਡ ਹੈ, ਪ੍ਰੋਫਿਟ ਮੋਟਿਵ ਜਿਹੜਾ ਮੁਨਾਫਾ ਉਹ ਹਰ ਜਗ੍ਹਾ ਭਾਰੂ ਹੋ ਗਿਆ, ਹਰ ਜਗ੍ਹਾ ਵਪਾਰੀ, ਜਿਹੜੀ ਮੀਡੀਆ ਦੀ ਗੱਲ ਕੀਤੀ ਸੀ ਅਸੀਂ ਉਹਦੇ ਚ ਵੀ ਹੈਗਾ, ਸਾਰੇ ਚ ਸਾਰੇ ਪਾਸੇ ਹਰ ਜਗ੍ਹਾ ਹੋ ਗਿਆ, ਤੇ ਸਿਆਸਤ ਕਿਉਂਕਿ ਸਿਆਸਤ ਚ ਤਾਂ ਚੁਭਦਾ ਆਪਾਂ ਨੂੰ ਜਾਂ ਤਾਂ ਕਿਉਂਕਿ ਸਿਆਸਤ ਜਿਹੜੇ ਸਿਆਸੀ ਲੀਡਰ ਹੈ ਸਿਆਣਾ, ਉਹਨੇ ਰਾਜ ਪ੍ਰਬੰਧ ਚਲਾਉਣਾ, ਉਹਨਾਂ ਨੇ ਸੁਸਾਇਟੀ ਨੂੰ ਚੰਗੇ ਜਾਂ ਮਾੜੇ ਪਾਸੇ ਕਿੱਧਰ ਲਿਜਾਣਾ, ਠੀਕ ਹੈ, ਤੇ ਉਹ ਸਾਡੇ ਰੋਲ ਮਾਡਲ ਨੇ ਇੱਕ ਤਰ੍ਹਾਂ, ਇਸ ਕਰਕੇ ਸਿਆਸਤ ਜੇ ਜਦੋਂ ਇਹ ਸਭ ਹੋਏਗਾ ਤਾਂ ਫਿਰ ਬਾਕੀ ਸਮਾਜ ਦਾ ਜਿਹੜਾ ਹਿੱਸੇ ਹੈ ਬਾਕੀ ਸਭ ਤਾਂ ਉਹ ਤਾਂ ਫਿਰ ਹੋਣਾ ਹੀ ਹੋਣਾ ਨਾ, ਉਹ ਹੋਰ ਵਿਗੜਨੇ ਵਿਗੜਨੇ ਆ, ਇਸ ਕਰਕੇ ਇਹ ਜਿਹੜਾ ਬਿਲਕੁਲ ਇਹਨਾਂ ਨੇ ਠੀਕ ਹੈ ਕਿ ਜਿਹੜਾ ਸਾਰੇ ਕਾਰਪੋਰੇਟ ਕਲਚਰ ਦਾ ਪ੍ਰੋਫਿਟ ਮੋਟਿਵ ਦਾ ਜਾਂ ਪ੍ਰੋਫਿਟ ਮੋਟਿਵ ਕਹਿ ਲਓ ਜੇ ਜਾਤੀ ਆਪਣਾ ਮੋਟਿਵ ਪਰਸਨਲ ਉਹ ਹਾਵੀ ਹੋ ਗਿਆ ਨਾ ਹਰ ਜਗ੍ਹਾ, ਠੀਕ ਹੈ, ਤਾਂ ਮਤਲਬ ਫੋਕਸ ਬਹੁਤ ਕਲੀਅਰ ਹੈ ਕਿ ਉੱਥੇ ਜਾ ਕੇ ਸਰਕਾਰ ਬਣਾਉਣੀ ਹੈ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਅੱਜ ਸਮਾਂ ਆਪਣੇ ਕੋਲ ਇੰਨਾ ਹੀ ਸੀ।